ਦੇ ਦੋਸਤੋ ਕੀ ਹਾਲ ਚਾਲ, ਮੇਰਾ ਨਾਮ ਸੰਦੀਪ, ਵੈਲਕਮ ਟੂ ਮਾਈ ਚੈਨਲ। ਸੋ ਸਾਰੇ ਥੈਂਕ ਯੂ ਲਾਈਕ ਕਰ ਰਹੇ ਹੋ, ਚੈਨਲ ਸਬਸਕ੍ਰਾਈਬ ਕਰ ਦਿਓ, ਵਧੀਆ ਵਧੀਆ ਵੀਡੀਓ ਰਿਕਮੈਂਡ ਕਰ ਰਹੇ ਹੋ, ਇੰਨਾ ਪਿਆਰ ਤੇ ਇੰਨਾ ਸਪੋਰਟ ਲਈ ਥੈਂਕਸ। ਸੋ ਇੰਜੀ ਸਪੋਰਟ ਦਿੰਦੇ ਰਹੋ, ਪਿਆਰ ਕਰਦੇ ਰਹੋ, ਬਹੁਤ ਵਧੀਆ ਲੱਗਦਾ ਜੇ ਲਾਈਕ ਤੇ ਕਮੈਂਟ ਕਰਦੇ ਹੋ ਤੇ ਇੰਨਾ ਪਿਆਰ ਦਿੰਦੇ ਹੋ। ਸੋ ਇੰਜੀ ਪਿਆਰ ਬਰਕਰਾਰ ਰੱਖੋ ਤੇ ਕਮੈਂਟਾਂ ਦੀ ਤੋਪ ਖਿੱਚ ਕੇ ਰੱਖੋ ਤੇ ਬਾਕੀ ਲਾਈਕ ਵੀ ਕਰੋ ਤੇ ਪਲੀਜ਼ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਜ਼ਰੂਰ ਦਬਾਓ। ਸੋ ਪਲੀਜ਼ ਯਾਰ ਇੰਨੀ ਸਪੋਰਟ ਦਿੰਦੇ ਰਹੋ ਤੇ ਸੋਰੀ ਵੀਡੀਓਜ਼ ਨਹੀਂ ਆ ਰਹੀਆਂ, ਗੱਲ ਇੱਦਾਂ ਹੋ ਗਈ ਕਿ ਸਾਡੇ ਚੈਨਲ ਤੇ ਆ ਗਈ ਹੈ ਸਟ੍ਰਾਈਕ ਤੇ ਉਹ ਪ੍ਰੋਬਲਮ ਕਰਕੇ ਵੀਡੀਓ ਜ਼ਿਆਦਾ ਰੂਟੀਨ 'ਚ ਨਹੀਂ ਆ ਪਾ ਰਹੀਆਂ। ਸੋ ਸ਼ੋਏਬ ਅਖਤਰ ਜੀ ਦੀ ਵੀਡੀਓ 'ਤੇ ਇੱਕ ਤੇ ਰਿਐਕਸ਼ਨ ਦਿੱਤਾ ਸੀ ਜਦੋਂ ਵਰਲਡ ਕੱਪ ਚੱਲ ਰਿਹਾ ਸੀ ਤੇ ਉਹਨਾਂ ਦੀ ਵੀਡੀਓ 'ਤੇ ਵੀ ਸਟ੍ਰਾਈਕ ਆ ਗਈ ਸੀ ਤੇ ਪ੍ਰੋਬਲਮ ਕੁਛ ਚੱਲ ਰਹੀ ਹੈ ਤੇ ਕਮੈਂਟ ਕਰਨ ਦੀ ਵੀ ਕੋਸ਼ਿਸ਼, ਮਤਲਬ ਉਹਨਾਂ ਨੇ ਮੈਸੇਜ ਕਰਨ ਦੀ ਕੋਸ਼ਿਸ਼ ਕੀਤੀ, ਕੋਈ ਰਿਪਲਾਈ ਨਹੀਂ ਆਇਆ ਤੇ ਕੰਮ ਹੋ ਗਿਆ ਥੋੜਾ ਖਰਾਬ। ਸੋ ਕੋਈ ਗੱਲ ਨਹੀਂ, ਇਸ਼ੂ ਰਿਜ਼ੋਲਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਮੈਂ ਕੀ ਕਹਿੰਦਾ ਹੁੰਦਾ ਯਾਰ, ਸਟ੍ਰਾਈਕ ਨਾ ਦਿਆ ਕਰੋ ਪਲੀਜ਼ ਯਾਰ, ਕਲੇਮ ਦੇ ਦਿਆ ਕਰੋ, ਸਟ੍ਰਾਈਕ ਨਾ ਦਿਆ ਕਰੋ। ਅਸੀਂ ਤੇ ਵੈਸੇ ਹੀ ਫੈਨ ਹਾਂ ਉਹਨਾਂ ਦੇ ਤੇ ਚਲੋ ਕੀ ਕਹਿ ਸਕਦੇ ਹਾਂ, ਤੇ ਮੂਡ ਥੋੜਾ ਖਰਾਬ ਸੀ ਤਾਂ ਕਰਕੇ ਵੀਡੀਓ ਥੋੜੀਆਂ ਰੈਗੂਲਰ ਨਹੀਂ ਆ ਰਹੀਆਂ ਤੇ ਜਦੋਂ ਤੱਕ ਇਸ਼ੂ ਰਿਜ਼ੋਲਵ ਨਹੀਂ ਹੁੰਦਾ ਤੇ ਥੋੜਾ ਦੇਖ ਪਰਖ ਕੇ ਵੀਡੀਓਸ ਪਾਉਣੀਆਂ ਪੈ ਰਹੀਆਂ। ਸੋ ਬਾਕੀ ਚਲੋ ਕੋਈ ਗੱਲ ਨਹੀਂ, ਦੇਖਦੇ ਹਾਂ, ਪਾਰਟ ਆਫ ਲਾਈਫ ਹੈ, ਉਤਾਰ ਚੜਾਵ ਚੱਲਦਾ ਰਹਿੰਦਾ। ਚੈਨਲ ਥੋੜਾ ਵਧੀਆ ਚੱਲ ਰਿਹਾ ਸੀ ਬਟ ਕੀ ਕਹਿ ਸਕਦੇ ਹਾਂ, ਕੋਸ਼ਿਸ਼ ਹੈ ਕਿ ਆਪਣਾ ਰਿਜ਼ੋਲਵ ਹੋ ਜਾਏ ਇਸ਼ੂ ਤੇ ਬਾਕੀ ਜੋ ਅਪਡੇਟ ਹੋਏਗਾ ਤੁਹਾਨੂੰ ਜ਼ਰੂਰ ਦੱਸਾਂਗੇ। ਤੇ ਬਾਕੀ ਫਨੀ ਵੀਡੀਓ ਹੈ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਕਮੈਂਟ ਆਫ ਦਾ ਡੇ ਜਿੱਦਾਂ ਆਪਾਂ ਪੜ੍ਹੀਦਾ, ਸੋ ਅੱਜ ਦਾ ਕਮੈਂਟ ਆਫ ਦਾ ਡੇ ਹੈ ਜੀ, ਉਹਨਾਂ ਦੇ ਆਈਡੀਆ ਜੀ ਟੈਕਨੀਕਲ ਬੋਆਏ। ਸੋ ਥੈਂਕ ਯੂ, ਤੁਸੀਂ ਸਾਡੀ ਵੀਡੀਓਜ਼ ਨੂੰ ਪਸੰਦ ਕਰ ਰਹੇ ਹੋ, ਕਮੈਂਟ ਕਰ ਰਹੇ ਹੋ। ਸੋ ਇੰਜੀ ਕਮੈਂਟ ਅਤੇ ਲਾਈਕ ਬਰਕਰਾਰ ਰੱਖੋ ਅਤੇ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਿਓ। ਸ਼ਾਰਟ ਆਊਟ ਟੂ ਯੂ। ਸੋ ਬਾਕੀ ਜਿਹੜੀ ਅੱਜ ਦੀ ਵੀਡੀਓ ਹੈ ਜੀ, ਤੁਹਾਨੂੰ ਟਾਈਟਲ ਵੀ ਪੜ੍ਹ ਲਿਆ ਹੋਣਾ ਆਪਣੀ ਸਟੇਜ ਡਰਾਮੇ 'ਤੇ, ਬੱਬੂ ਬਰਾਲ ਸਾਹਿਬ ਜੀ ਦੀ ਵੀਡੀਓ 'ਤੇ ਰਿਐਕਸ਼ਨ ਦਿਆਂਗੇ, ਨਰਗਿਸ ਅਤੇ ਮਸਤਾਨਾ ਅਤੇ ਸਾਰੇ ਲੈਜੰਡ ਨੇ ਅਤੇ ਉਹਨਾਂ ਦੀ ਬੱਬੂ ਬਰਾਲ ਸਾਹਿਬ ਦੀ ਕੁਆਲੀ ਦੀ ਵੀਡੀਓ 'ਤੇ ਵੀ ਆਪਾਂ ਰਿਐਕਸ਼ਨ ਦਿੱਤਾ ਤਾਂ ਉਹਨਾਂ ਦੀ ਜਿੰਨੀ ਵੀ ਕੁਆਲਿਟੀ ਦੀ ਵੀਡੀਓਜ਼ ਆ ਸਾਰਿਆਂ 'ਤੇ ਬਹੁਤ ਪਿਆਰ ਮਿਲਿਆ ਅਤੇ ਚਲੋ ਸ਼ੁਰੂ ਕਰਦੇ ਹਾਂ ਅਤੇ ਬਾਕੀ ਗੱਲਾਂ ਕਰਦੇ ਹਾਂ ਵੀਡੀਓ ਤੋਂ ਬਾਅਦ। ਲੈਟ ਸਟਾਰਟ। ਸਾਡੇ ਤੋਂ ਵੱਡਾ ਕੋਈ ਬਦਮਾਸ਼ ਜੰਮੇ ਆ, ਸਾਡੇ ਤੋਂ ਜ਼ਿਆਦਾ ਕਿਸੇ ਨੇ ਜੇਲਾ ਕੱਢੀ ਨੀ, ਸਾਡੇ ਤੋਂ ਕੋਈ ਜ਼ਿਆਦਾ ਬਗੈਰ ਅਜੀਬ ਰਿਹਾ ਕੋਈ, ਅੱਲਾ ਦੀ ਮਿਹਰਬਾਨੀ ਨਾ ਲੈ ਫੇਰ ਵੇਖੋ ਹਾਂਜੀ ਪਿਆ ਦਿਓ ਹਫ਼ਤੇ ਦਾ ਬਾਕੀ ਗਲਾਸ ਨੂੰ ਬੜੀ ਧਾਰ ਨੂੰ ਆਈ ਹੋਈ ਹੈ। ਮੈਂ ਕਿਹਾ ਜੀ ਪਰਸੋਂ ਨਾ ਕੁੜੀਆਂ ਦੇ ਇੰਟਰਵਿਊ ਹੋ ਰਹੇ ਨੇ ਵਿਆਹ ਵਾਸਤੇ, ਤੁਸੀਂ ਜ਼ਰੂਰ ਆਣਾ। ਠੀਕ ਹੈ ਸਾਥੀ, ਠੀਕ ਹੈ ਮੈਂ ਹੁਣ ਜਾਵਾਂ। ਕਿੱਥੇ ਜਾਣਾ? ਸਾਥੀ ਫੇਰ ਆਵਾਂਗੀ। ਚਲੋ ਠੀਕ ਹੈ, ਠੀਕ ਹੈ ਬਾਹਰ ਲਾ ਬੂਆ ਤੇਰੇ। ਸਾਥੀ ਸਾਥੀ ਖੁਦਾ ਹਾਫਿਜ਼। ਓਏ ਕੁੰਡੀ ਕੌਣ ਲਾ ਗਿਆ? ਮਾਫੀ ਚੰਨਾ ਭਾਈ ਜਾਨ।
ਆ ਗਏ ਪ੍ਰਵੇਸ਼ ਪੁੱਤਰ ਨਸੀਮ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਪ੍ਰਵੇਸ਼ ਇਹ ਨਸੀਬ ਮੇਰੀ ਸਕੀ ਭੈਣ ਦੀ ਧੀ ਹੈ ਚਲੋ ਇਹਨੂੰ ਕੁਛ ਨਹੀਂ ਕਹਾਂਗਾ ਵੇ ਗੱਲ ਸੁਣ ਮੇਰੀ ਮੈਂ ਚਾਹੁੰਦੀ ਹਾਂ ਕਿ ਨਸੀਬ ਨਾਲ ਤੂੰ ਵਿਆਹ ਕਰਨਾ ਚਾਚੀ ਜੀ ਕਿਸ ਤਰ੍ਹਾਂ ਦੀਆਂ ਗੱਲਾਂ ਪੇ ਕਰਦੇ ਹੋ ਚਾਚਾ ਜੀ ਨੇ ਸਾਡੇ ਪਾਗਲ ਹੋਣ ਦਾ ਸਰਟੀਫਿਕੇਟ ਹਾਸਲ ਕਰ ਲਿਆ ਪਾਗਲ ਚ ਕੀ ਕਹਿ ਰਹੇ ਹੋ ਮੈਨੂੰ ਪਾਗਲ ਨਾਲ ਵਿਆਹ ਰਹੇ ਹੋ ਪਾਗਲ ਹੋ ਰਹੇ ਕੀ ਕਰੇ ਮੇਰਾ ਮਤਲਬ ਹੈ ਆਪਾਂ ਕਹਿ ਕੇ ਅਗਲੇ ਦਿਨ ਕਿਸੇ ਨੇ ਸਲਾਹ ਨਾ ਨਾ ਦੇ ਦੇਵੇ ਨਹੀਂ ਨਹੀਂ ਪੁੱਤਰ ਪਾਗਲ ਨਹੀਂ ਹੈਗਾ ਐਵੇਂ ਹੀ ਤੈਨੂੰ ਲੱਗਦਾ ਵੇ ਪਾਗਲ ਤੁਸੀਂ ਪਾਗਲ ਹੋ ਇਹਦਾ ਮਤਲਬ ਹੈ ਕਿ ਆਹੋ ਮੈਂ ਕਿਹਾ ਤੁਸੀਂ ਮੈਨੂੰ ਵੇਖ ਕੇ ਵੀ ਠੀਕ ਨਹੀਂ ਹੋਏ ਹਾਂ ਠੀਕ ਹੋਇਆ ਮੈਂ ਲੇਕਿਨ ਕਦੀ ਕਦੀ ਕਾਹਵਾ ਅਸਰ ਵਹਾ ਜਾਂਦਾ ਮੈਂ ਕਿਉਂ ਪਾਗਲ ਹੋਵਾਂਗਾ ਤੁਸੀਂ ਸਾਰੇ ਪਾਗਲ ਹੋ ਨੀ ਮਿਲੋ ਪੁੱਤਰੇ ਚੰਗੀ ਤਰ੍ਹਾਂ ਠੀਕ ਨਹੀਂ ਹੋਇਆ ਚੱਲ ਆ ਜਾ ਅੰਦਰ ਉਹਨੂੰ ਵੀ ਫੜਨ ਦੇ ਆਓ ਕੱਲਿਆਂ ਜਾਈਦਾ ਆਪਣਾ ਚਾਚਾ ਜੀ ਨੇ ਕੁੜੀਆਂ ਦੇ ਇੰਟਰਵਿਊ ਲੈਣੇ ਕਾਹਦੇ ਹੈ ਸਾਡੀ ਸ਼ਾਦੀ ਦੇ ਆਪਣੀ ਬਿਲਕੁਲ ਤੁਹਾਨੂੰ ਪ੍ਰੋਗਰਾਮ ਯਾਦ ਹੈ ਹਾਂ ਮੈਨੂੰ ਯਾਦ ਹੈ ਕਿ ਉਹ ਬੁੱਢੇ ਦੇ ਇੰਟਰਵਿਊ ਦੇਣੇ ਹਨ ਪਾਗਲ ਬਣਾਣੇ ਤੇ ਕੰਮ ਤੇ ਸਾਈਨ ਕਰਵਾਣੇ ਨੇ ਤੇ ਬਿਲਕੁਲ ਠੀਕ ਹੈ ਅੱਛਾ ਹੁਣ ਇਹਦੇ ਬਸ ਖਾਮੋਸ਼ੀ ਨਾਲ ਸਾਈਨ ਕਰਵਾਣੇ ਨੇ ਉਹ ਤੇ ਕਾਹ ਕਰਦੇ ਹੋ ਬਿਲਕੁਲ ਆਓ ਜੀ ਆਓ ਚਲੋ ਹਾਈ ਆਓ ਜੀ ਆਓ ਚਲੋ ਉਹ ਦੇਖੋ ਰਵੀਨਾ ਟੰਡਨ ਨੇ ਟਿੰਡ ਕਰਾਈ ਰਵੀਨਾ ਟੰਡਨ ਨੇ ਸਾਲੇ ਕੋ ਡਾਕਟਰ ਸਾਲੇ ਕੋ ਭਾਈ ਇਹਨੂੰ ਪਕੜੋ ਨਹੀਂ ਨਹੀਂ ਪਲੀਜ਼ ਮੈਨਾਂ ਕਰੇ ਨਹੀਂ ਪਾਗਲ ਨਹੀਂ ਦੇ ਅੱਬਾ ਜੀ ਪਾਗਲ ਸਨ ਕੀ ਚਵਲ ਮਾਰੀ ਬਸ ਬੰਦ ਕਰੋ ਚਾਹ ਲੈ ਕੇ ਆਓ ਡਾਕਟਰ ਸਾਹਿਬ ਕੇ ਲਈ ਅੱਛਾ ਜੀ ਪਾਪਾ ਮੈਂ
ਮੈਨੂੰ ਕੁਛ ਨੀ ਹੋਇਆ ਮਾਂ ਜੀ, ਮਾਂ ਜੀ ਮੈਨੂੰ ਕੁਛ ਨੀ ਹੋਇਆ। ਸੌ ਜਾ ਅੱਬਾ ਜੀ, ਕਵੋ ਤਾਂ ਖੁਰਾ ਸਾਫ ਕਰ ਲਿਆ। ਖੁਰਾ ਸਾਫ ਕਰ। ਸਲਾਮ ਅਲੈਕੁਮ ਨਾਨਾ ਜੀ। ਖਾਲਾ ਨੂੰ ਮਿਲੋ, ਖਾਲਾ ਨੂੰ ਮਿਲੋ। ਖਾਲਾ ਜੀ, ਸਾਡੀਆਂ ਕਮੇਟੀਆਂ ਨਹੀਂ ਨਿਕਲੀਆਂ, ਮੇਰਾ ਵਿਆਹ ਹੋਏਗਾ, ਜਾਨ ਜਾਏਗੀ। ਕਿਉਂ ਮਾਮਾ ਜੀ? ਮੈਂ ਮਾਮਾ ਵਾ ਅੱਲਾ ਉਹ ਭੈਣ ਮੇਰੇ ਦੀਆਂ ਨਸ਼ਈ ਚੀਲ ਜੰਮੀ ਹੋਏ। ਸਲਾਮ ਅਲੈਕੁਮ ਫੁੱਪੋ, ਆਵੇ ਕੀ ਹਾਲ ਮਰਾਜ ਜੀ ਨਾ, ਮੇਰੇ ਵਿਆਹ ਤੇ ਆਇਆ, ਮੇਰਾ ਵਿਆਹ ਹੋਏਗਾ, ਕੁੜੀ ਜੀ ਬੈਠਾਂਗੇ, ਜਾਨ ਜਾਏਗੀ, ਬਾਜ ਹੋਏਗਾ ਪਾਪਾ پاگل ہو جاتا ہے کبھی وہ لڑکے پاگل ہو۔ یہ چکر کیا ڈاکٹر صاحب آپ دیکھ رہے ہیں نا، دیکھا تھی پاگل ہم نہیں ہیں، یہ ہمارے چچا پاگل ہوتے ہیں، اور جو ہمارے پاگل ہونے کا سرٹیفکیٹ آپ لائے تھے وہ ہمیں دے دیجیے یا پھاڑ دیجیے، اور ان کے پاگل ہونے کا سرٹیفکیٹ ہمیں دیجیے۔ بالکل، آپ ایسا کیجیے تینوں صبح ہاسپٹل آئیے، اپنا چیک اپ کروائیے، پھر سرٹیفکیٹ ملے گا۔ صاحب جی پاگل ہو گئے نہیں، مانجے سے کچھ پیس لا کے کچھ کرنا ہے۔ میں وہ حالت دیکھی ہوں، اگے نالوں بڑا درست ہو گیا۔ ٹھیک ہے، ہاں میں تو بڑا ڈرے ہوں۔ اچھا میری گل سنے نا، تین کافی مدت تو میں کریلے گوشت اور کڑائی گوشت کھوا رہا، مہربانی یار تیری، اور جیڑی تیری بھن ہے سارا گوشت میری بھن سے پاس ہی ہوئے، جیڑی تیری سسٹر ہے۔ ہاں جی، یعنی میں تیرے تے اتنا مال لا رہا ہوں۔ گل کر یار، وچوں سسٹر تیری مینوں پا کہہ دیندی ہے، پا اونوں کہو کہ منڈی دا پا دیکھ پیندا ہے۔ یار میں کی کراں، میری وڈی بہن ہے، میں اونوں کچھ کہہ وی نہیں سکدا، تے اس تو چھوٹی نال گل کرا رہا ہوں۔ تواڈے تے چاکے کھلے، چاکے چلو ٹھیک ہے، ہوئے گی تو پھر گل کراں گا میں، ہوں شادی کا ضرور کرنے کچھ۔ او یار میں تیری وڈی نال صلح کرا دینا۔ اچھا آ جا تو میرے گھر، آ جا تواڈے گھر۔ آہو چلو ٹھیک، پر ایک گل یاد رکھی کی، اوتھے کوئی بات نہیں دینا کری، دسو بندہ جاوے انہاں دے گھر تے بدتمیزی کوئی نہ کرے، کی یار اس نہ ہو سکدا۔ شاہ جی، اوے سارے کی گل، پورا مار کی گل ہے؟ شکر ہے ہوں طبیعت ٹھیک ہوئی ہے، آج انٹرویو نے۔ اچھا میں تیار ہو جاؤں، خشک پور لے آ رہا میں، بڑے بارہ میں پچھلی چھت توڑ کے آجو، مہمان آنے والے نے، میں تو تیار ہو جاؤں یار۔ ہاں منہ سے ڈاکی مار رہا ہوں، منہ سے ڈاکی مار رہا ہوں، ہاں گھروں بھی آ رہے ہیں۔ بہت ہی ٹھیک ہو گئے ہو میرے خیال، آجو۔ ہاں جی، بہت من افسوس ہو گیا سی، اللہ نے ہاتھ دے کے رکھے ہیں۔ پتہ نہیں یار میں نے دو دن کی ہوں ڈا دیا، عجیب جی تسی حرکتاں کرتے سو پاگل پنچ۔ اچھا تسی سارے محلے دا کوڑا کھادا ہے؟ اچھا ہاں، مکھیاں کھا جاندا سو، کرلی تہاڈے منہ چ کٹی سی، بہت نیش ہو گئے سی تسی۔ مہماناں ویکھو، ہاں ویکھ ذرا، فریش ہے نا؟ یس،
ਮੂੰਹ ਤੇ ਰੌਣਕ ਲਿਆਓ ਤੇਰਾ ਜਾਂ ਉੱਥੋਂ ਦੋ ਕੁ ਪੰਗੂੜੇ ਰੱਖੋ ਤੂੰ ਕੁੜੀ ਕਿਆ ਬਾਤ ਹੈ ਜੀ ਐਸੀ ਅੱਜ ਦੀ ਵੀਡੀਓ ਬਹੁਤ ਵਧੀਆ ਵੀਡੀਓ ਸੀ ਤੁਹਾਨੂੰ ਪਤਾ ਹੀ ਹੈ ਬੱਬੂ ਬਰਾਲ ਸਾਹਿਬ ਲੈਜੈਂਡੀ ਨੇ ਸੋ ਉਹਨਾਂ ਦੀ ਹਰ ਪਰਫੋਰਮੈਂਸ ਵਧੀਆ ਹੁੰਦੀ ਹੈ ਸੋ ਮਜ਼ਾ ਆ ਜਾਂਦਾ ਯਾਰ ਉਹਨਾਂ ਦੀ ਵੀਡੀਓ ਵੇਖ ਕੇ ਸੋ ਪਾਕਿਸਤਾਨੀ ਸਟੇਜ ਨਾਮ ਤੇ ਵੈਸੇ ਸਾਰੇ ਮਤਲਬ ਸਾਰੀ ਕਲਿਪਸ ਘੈਂਟ ਹੁੰਦੀ ਹੈ ਯਾਰ ਦਿਲ ਖੁਸ਼ ਹੋ ਜਾਂਦਾ ਸੋ ਬਹੁਤ ਵਧੀਆ ਲੱਗੀ ਯਾਰ ਵੀਡੀਓ ਥੈਂਕ ਯੂ ਜਿਹੜਾ ਸਬਸਕ੍ਰਾਈਬਰ ਨੇ ਰਿਕਮੈਂਡ ਕੀਤੀ ਅਤੇ ਬਹੁਤ ਵਧੀਆ ਲੱਗਦਾ ਹੈ ਜਦੋਂ ਵੀ ਪਾਕਿਸਤਾਨੀ ਸਟੇਜ ਨਾਮੇ 'ਤੇ ਇਲੈਕਸ਼ਨ ਕਰਦਾ ਨਾ ਤਾਂ ਯਾਰ ਮਜ਼ਾ ਆ ਜਾਂਦਾ ਅਤੇ ਬਾਕੀ ਲੈਜੈਂਡ ਮਸਤਾਨਾ ਜੀ ਵੀ ਸੀ ਅਤੇ ਤੁਹਾਨੂੰ ਪਤਾ ਹੀ ਹੈ ਫਿਰ ਅਤੇ ਉਹਨਾਂ ਦੀ ਵੀ ਜਿਹੜੀ ਕੌਮੇਡੀ ਉਹ ਆਤੀ ਹੁੰਦੀ ਹੈ ਸੋ ਬਹੁਤ ਵਧੀਆ ਲੱਗੀ ਯਾਰ ਵੀਡੀਓ ਅਤੇ ਉਮੀਦ ਹੈ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ ਵੀਡੀਓ ਦਾ ਲਿੰਕ ਡਿਸਕ੍ਰਿਪਸ਼ਨ 'ਚ ਉੱਥੇ ਜਾ ਕੇ ਤੁਸੀਂ ਵੀਡੀਓ ਵੇਖ ਸਕਦੇ ਹੋ ਅਤੇ ਦੁਆ ਕਰਨਾ ਕਿ ਮੇਰੀ ਸਟ੍ਰਾਈਕ ਹਟ ਜੇ ਅਤੇ ਆਪਾਂ ਨਾਲ ਚੈਨਲ ਹੋਰ ਗਰੋ ਹੋ ਸਕੇ ਅਤੇ ਵਿਸ਼ ਮੀ ਬੈਸਟ ਆਫ ਲੱਕ ਅਤੇ ਬਾਕੀ ਆਪਣਾ ਧਿਆਨ ਰੱਖਣਾ ਮਿਲਦੇ ਅਗਲੀ ਵੀਡੀਓ 'ਚ ਬਾਏ ਬਾਏ